आम तौर से कहने जी वैदर ठीक नहीं है, अज ठीक नहीं अज खतरनाक है। तो अज तुहानू बार बार वार्न किया जा रहा है, एडवाइस किया जा रहा है कि जे घरां च बैठ के ही रहो तो अच्छा है, बाहर ना निकलो तो बेहतर है। तो वैदर ऐसा होवे तो किन्हां गल्लां दा ख्याल रखो, ये बड़ी खास जानकारी लैके अनु मल्होत्रा जी मेरे लाइन ते ने। और ये साढ़े इस जिहड़ा छुट्टियां दा ये प्रोग्राम है तुहाडे लई असीं पेश कर रहे हैं, अनु जी मेरे नाल लाइन ते ने। अनु जी स्वागत करदे हां। गुड मॉर्निंग विजेंद्र जी, सारे सारे लिसनर्स नू नमस्कार, सत श्री अकाल ते आदाब जी। ਜਿਵੇਂ ਤੁਸੀਂ ਕਿਹਾ ਅੱਜ ਦਾ ਮੌਸਮ ਜਿਹੜਾ ਵੈਦਰ ਦਾ ਬਹੁਤ ਖਰਾਬ ਹੈਗਾ, ਪੁਲਿਸ ਵੀ ਬਾਰ ਬਾਰ ਵਾਰਨਿੰਗ ਦੇ ਰਹੀ ਹੈਗੀ ਕਿ ਜੇ ਤੁਸੀਂ ਘਰ ਦੇ ਵਿੱਚ ਰਹਿਣਾ ਹੈ, ਘਰ ਤੋਂ ਬਾਹਰ ਨਹੀਂ ਜਾਣਾ ਜ਼ਰੂਰੀ, ਤੇ ਪਲੀਜ਼ ਸਟੇ ਐਟ ਹੋਮ। ਤੇ ਮੈਂ ਤੁਹਾਡੇ ਵਾਸਤੇ ਤੇ ਲਿਸਨਰਸ ਵਾਸਤੇ ਟੌਪ 10 ਸੇਫਟੀ ਟਿਪਸ ਲੈ ਕੇ ਆਈ ਹਾਂ ਵਿੰਟਰ ਡਰਾਈਵਿੰਗ ਵਾਸਤੇ, ਠੀਕ ਹੈ ਜੀ। ਤੇ ਉਹਦੇ ਬਾਰੇ ਚ ਅਸੀਂ ਲਾਂਗੇ। ਨੰਬਰ 1 ਜਿਹੜੀ ਟਿਪ ਹੈਗੀ ਰਜਿੰਦਰ ਜੀ, ਉਹ ਹੈਗੀ ਕਿ ਚੈੱਕ ਦਾ ਵੈਦਰ ਬਿਫੋਰ ਯੂ ਲੀਵ। ਆਪਣੇ ਜਿਹੜੇ ਟ੍ਰਿਪ ਨੂੰ ਹੈਗੇ ਨੇ ਪਲਾਨ ਕਰੋ, ਵੈਦਰ ਚੈੱਕ ਕਰੋ, ਤੇ ਜੇ ਤੁਹਾਨੂੰ ਪਤਾ ਚੱਲਦਾ ਹੈਗਾ ਕਿ ਡੇਂਜਰਸ ਰੋਡ ਕੰਡੀਸ਼ਨ ਹੈਗੀਆਂ ਨੇ, ਤੇ ਫਿਰ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਜਿੱਥੇ ਜਾਣਾ ਹੈਗਾ ਉਹ ਜ਼ਰੂਰੀ ਹੈ ਕਿ ਨਹੀਂ ਹੈ, ਮਤਲਬ ਰਿਸਕ ਲੈਣਾ ਜ਼ਰੂਰੀ ਹੈ। ਜੇ ਤੁਸੀਂ ਉਸ ਮੀਟਿੰਗ ਨੂੰ ਕੈਂਸਲ ਕਰ ਸਕਦੇ ਹੈਗੇ ਹੋ, ਪੋਸਟਪੋਨ ਕਰ ਸਕਦੇ ਹੋ, ਜ਼ੂਮ ਤੇ ਕਰ ਸਕਦੇ ਹੋ, ਜਾਂ ਹੋਰ ਤੁਹਾਡੀ ਪੋਸੀਬਿਲਿਟੀ ਹੈਗੀ, ਦੈਨ ਚੇਂਜ ਇਟ, ਬੀ ਸੇਫ, ਨੰਬਰ 1। ਨੰਬਰ 2 ਹੈਗਾ, ਆਪਣੇ ਆਪ ਨੂੰ ਇਨਫ ਟਾਈਮ ਦਿਓ, ਗਿਵ ਯੋਰ ਸੈਲਫ ਇਨਫ ਟਾਈਮ, ਕਿਉਂਕਿ ਵੈਦਰ ਕੰਡੀਸ਼ਨ ਖਰਾਬ ਹੋਣ ਵਾਸਤੇ ਕੀ ਹੁੰਦਾ ਹੈਗਾ ਕਿ ਲੋਕੀ ਟਾਈਮ ਜ਼ਿਆਦਾ ਲੱਗਦਾ ਹੈਗਾ, ਰੋਡ ਬਲੋਕ ਵੀ ਹੋ ਸਕਦੇ ਨੇ, ਐਕਸੀਡੈਂਟ ਦੀ ਵਜ੍ਹਾ ਨਾਲ ਰੋਡ ਕਲੋਜਰ ਵੀ ਹੋ ਸਕਦੇ ਨੇ। ਤੇ ਮੇਕ ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਐਕਸਟਰਾ ਟਾਈਮ ਦੇ ਕੇ ਤਾਂ ਹੀ ਚਲੋ। ਨੰਬਰ 3 ਜਿਹੜਾ ਹੈਗਾ, ਤੁਸੀਂ ਆਪਣੇ ਮੇਕ ਸ਼ੋਰ ਕਿ ਤੁਸੀਂ ਆਪਣੀ ਗੱਡੀ ਨੂੰ ਪ੍ਰੋਪਰਲੀ ਕਲੀਨ ਕਰਕੇ ਚੱਲੇ ਹੈਗੇ ਹੋ। ਕਈ ਵਾਰ ਹੁੰਦਾ ਲੋਕੀ ਸਿਰਫ ਆਪਣੇ ਫਰੰਟ ਨੂੰ ਕਲੀਨ ਕਰ ਲੈਂਦੇ ਹੈਗੇ ਨੇ, ਤੇ ਵਿੰਡਚਿਲ ਕਲੀਨ ਕਰ ਛੱਡੀ ਤੇ ਸਾਈਡ ਵਿੰਡੋ ਵਗੈਰਾ ਉਹ ਕਲੀਨ ਨਹੀਂ ਕਰਦੇ ਹੈਗੇ। ਤੇ ਬਹੁਤ ਸਾਰੇ ਅਸੀਂ ਯੂ ਨੋ ਇਨ ਦਾ ਪਾਸਟ 23 ਇਅਰਸ ਆਫ ਮਾਈ ਪ੍ਰੈਕਟਿਸ ਬਹੁਤ ਸਾਰੇ ਮੈਂ ਕੇਸਿਸ ਇਸ ਤਰ੍ਹਾਂ ਵੇਖੇ ਨੇ ਕਿ ਜਦੋਂ ਘਰੋਂ ਲੋਕ ਚੱਲਦੇ ਹੈਗੇ ਨੇ ਵਿੰਡਚਿਲ ਕਰਕੇ ਚਲੇ ਗਏ, ਪਰ ਜਦੋਂ ਉਹ ਡਰਾਈਵ ਕਰਦੇ ਹੈਗੇ ਨੇ ਗੱਡੀ ਫਿਰ ਵਾਰਮ ਹੁੰਦੀ ਹੈਗੀ, ਤੇ ਜਿਹੜੇ ਰੂਫ ਦੇ ਉੱਤੇ ਸਨੋ ਵਗੈਰਾ ਹੈਗੀ ਗੱਡੀ ਦੀ, ਉਹ ਫਿਰ ਡ੍ਰਿਪ ਹੋ ਕੇ ਵਿੰਡਚਿਲ ਦੇ ਉੱਤੇ ਆਉਂਦੀ ਹੈ, ਵਿਚ ਕੈਨ ਬਲੋਕ ਯੋਰ ਵਿਜ਼ਨ। ਤੇ ਮੇਕ ਸ਼ੋਰ ਦੇ ਗੱਡੀ ਜੇ ਤੁਸੀਂ ਜਾਂਦੇ ਹੈਗੇ ਹੋ ਪੂਰੀ ਕਲੀਅਰ ਕਰਕੇ ਜਾਓ। ਨੰਬਰ 4 ਹੈਗਾ ਕਿ ਤੁਸੀਂ ਆਪਣੇ ਆਪ ਨੂੰ ਜਲਦਬਾਜ਼ੀ ਵਿੱਚ ਗਾੜੀ ਨਾ ਚਲਾਓ, ਕਿਉਂਕਿ ਅੱਜ ਕੱਲ੍ਹ ਯੂ ਨੋ ਔਰ ਪਲੱਸ ਜੇ ਤੁਸੀਂ ਕਿਸੀ ਘਰੋਂ ਆ ਰਹੇ ਹੈਗੇ ਹੋ, ਕਿਸੇ ਪਾਰਟੀ ਤੋਂ ਆ ਰਹੇ ਹੈਗੇ, ਜੋ ਵੀ ਹੈਗਾ, ਡੋਂਟ ਡਰਿੰਕ ਐਂਡ ਡਰਾਈਵ, ਕਿਉਂਕਿ ਵਿੰਟਰ ਵੈਦਰ ਵਿੱਚ ਤੁਹਾਨੂੰ ਮਤਲਬ ਯੂ ਨੀਡ ਫੁੱਲ ਅਟੈਂਸ਼ਨ ਔਨ ਯੋਰ ਡਰਾਈਵਿੰਗ, ਤੇ ਤਾਂ ਕਿ ਮੇਕ ਸ਼ੋਰ ਕਿ ਤੁਸੀਂ ਡਰਿੰਕ ਐਂਡ ਡਰਾਈਵ ਨਾ ਕਰੋ, ਇਹ ਬਹੁਤ ਹੀ ਜ਼ਰੂਰੀ ਹੈਗਾ, ਸਪੈਸ਼ਲੀ ਯੂ ਨੋ ਇਨ ਬੈਡ ਵੈਦਰ। ਨੰਬਰ 5, ਤੁਸੀਂ ਆਪਣੇ ਕੋਸ਼ਿਸ਼ ਕਰੋ ਕਿ ਤੁਸੀਂ ਸਨੋ ਟਾਇਰ ਹੋਰ ਤਾਂ ਹੀ ਇਸ ਤਰ੍ਹਾਂ ਦੀ ਵਿੰਟਰ ਕੰਡੀਸ਼ਨ ਵਿੱਚ ਜਾਓ, ਕਿਉਂਕਿ ਅਸੀਂ ਪਹਿਲੇ ਵੀ ਕੁਝ ਸ਼ੋਅਸ ਵਿੱਚ ਕਵਰ ਕੀਤਾ ਸੀ ਕਿ ਜਿਹੜੇ ਵਿੰਟਰ ਡਰਾਈਵਰਸ ਵਿੰਟਰ ਟਾਇਰਸ ਹੁੰਦੇ ਨੇ, ਸਨੋ ਟਾਇਰ ਜਿਹਨਾਂ ਨੂੰ ਅਸੀਂ ਕਹਿੰਦੇ ਹੈਗੇ, ਉਹਨਾਂ ਦੇ ਵਿੱਚ ਇੱਕ ਸਪੈਸ਼ਲ ਤਰ੍ਹਾਂ ਦਾ ਮਟੀਰੀਅਲ ਹੁੰਦਾ ਜਿਹੜਾ ਤੁਹਾਨੂੰ ਰੋਡ ਦੇ ਉੱਤੇ ਗ੍ਰਿਪ ਕਰ ਸਕਦਾ, ਉਸ ਤਰ੍ਹਾਂ ਦੇ ਟਾਇਰ ਦੇ ਬਜਾਏ ਦੇ ਤੁਸੀਂ ਆਲ ਸੀਜ਼ਨ ਟਾਇਰ ਲੈ ਕੇ ਚੱਲਦੇ ਹੈਗੇ ਹੋ, ਤੇ ਗ੍ਰਿਪ ਨਹੀਂ ਰਹੇਗੀ ਤੇ ਗੱਡੀ ਜਿਹੜੇ ਹੈਗੇ ਨੇ ਸਕਿਡ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਨੇ। ਤੇ ਇਨਵੈਸਟ ਇਨ ਯੂ ਨੋ ਗੁੱਡ ਸਨੋ ਇਕਿਪਮੈਂਟ। ਨੰਬਰ 6 ਹੈਗਾ, ਡਰਾਈਵ ਕੇਅਰਫੁਲੀ ਫੋਰ ਦੀ ਵੈਦਰ, ਕਿਉਂਕਿ ਕਈ ਵਾਰ ਲੋਕੀ ਸੋਚਦੇ ਨੇ ਵੀ ਸਪੀਡ ਲਿਮਿਟ ਤੋਂ ਅਸੀਂ ਜਾ ਰਹੇ ਹੈਗੇ ਹਾਂ, ਲੇਕਿਨ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਜਿਹੜੀ ਸਪੀਡ ਲਿਮਿਟ ਹੋਗੀ ਉਹ ਵੀ ਡੇਂਜਰਸ ਹੋ ਸਕਦੀ ਹੈਗੀ। ਤੇ ਮੇਕ ਸ਼ੋਰ ਕਿ ਤੁਸੀਂ ਆਪਣੇ ਸਪੀਡ ਲਿਮਿਟ ਤੋਂ ਜੇ ਤੁਹਾਨੂੰ ਥੱਲੇ ਵੀ ਜਾਣਾ ਪਏ, ਗੋ ਬਿਲੋ ਦਾ ਸਪੀਡ ਲਿਮਿਟ, ਤਾਂ ਕਿ ਤੁਸੀਂ ਸੇਫਲੀ ਡਰਾਈਵ ਕਰੋ। ਸਪੀਡ ਲਿਮਿਟ ਮੇ ਨੋਟ ਬੀ ਸੇਫ, ਤੇ ਯੂ ਨੋ ਡਰਾਈਵ ਕੇਅਰਫੁਲੀ, ਮਤਲਬ ਪੂਰੀ ਆਪਣੀ ਅਟੈਂਸ਼ਨ ਦੇ ਕੇ ਫਿਰ ਹੀ ਚਲੋ। ਨੰਬਰ 7 ਹੈਗਾ ਕਿ ਜੇ ਤੁਸੀਂ ਤੁਹਾਡੀ ਗੱਡੀ ਸਕਿਡ ਹੋਣੀ ਸ਼ੁਰੂ ਹੁੰਦੀ ਹੈਗੀ, ਜੇ ਤੁਸੀਂ ਯੂ ਨੋ ਇਫ ਯੂ ਹਿਟ ਅ ਆਈਸ ਪੈਚ ਜਾਂ ਯੂ ਨੋ ਬਲੈਕ ਆਈਸ ਹੈਗੀ ਜਾਂ ਕੁਛ ਵੀ ਹੈਗਾ, ਤੇ ਆਪਣੀ ਆਪਣੇ ਪਹਿਲੇ ਤੁਹਾਨੂੰ ਪ੍ਰੈਕਟਿਸ ਹੋਣੀ ਚਾਹੀਦੀ ਹੈ, ਕਿਉਂਕਿ ਲੋਕੀ ਕਈ ਵਾਰ ਇਹਨੇ ਹੋਣਾ ਇੱਕਦਮ ਦੇ ਪ੍ਰੈਸ ਹਾਰਡ ਔਨ ਦਾ ਬ੍ਰੇਕ, ਤੇ ਜੇ ਯੂ ਪ੍ਰੈਸ ਇਮੀਡੀਏਟਲੀ ਹਾਰਡ ਔਨ ਦਾ ਬ੍ਰੇਕ, ਤੇ ਕਈ ਵਾਰ ਹੁੰਦਾ ਕਿ ਗੱਡੀ ਬਹੁਤ ਬੁਰੀ ਤਰ੍ਹਾਂ ਸਕਿਡ ਕਰਦੀ ਹੈਗੀ ਤੇ ਸਪਿਨ ਹੋ ਕੇ ਯੂ ਨੋ ਦੂਸਰੀ ਲੇਨ ਦੇ ਵਿੱਚ ਚਲੀ ਜਾਂਦੀ ਹੈਗੀ, ਹਾਈਵੇ ਦੇ ਵਿੱਚ ਚਲੀ ਜਾਂਦੀ ਹੈਗੀ। ਤੇ ਮੇਕ ਸ਼ੋਰ ਕਿ ਤੁਸੀਂ
प्रैक्टिस करके चलो ताकि जो तुसी ब्लैक आइस या होर किसी स्लिपरी होर पैच नू हिट करती हैगी थोड़ी गड्डी देन यू नो हाउ टू डील विद इट कि तुसी किस तरह अपनी जेंटली ब्रेक नू लगाना हैगा ते सेफली अपनी गड्डी नू स्टॉप ते लाना हैगा ए तुसी प्रैक्टिस वानू इस तरह दी प्रैक्टिस होनी चाहिदी हैगी ठीक है नंबर 8 गिव योरसेल्फ लॉट ऑफ स्पेस जे तुसी भी गड्डी अपनी बिल्कुल पूरी सेफ्टी नाल चला रहे हैगे हो बट जरूरी नहीं हैगा कि तुहाडे आस पास दे लोग की हैगे ने वो गड्डी नू सेम यू नो सेफ्टी नाल ऑपरेट कर रहे होन ते जे कई बार लोग की सेफली भी ऑपरेट कर सकते होते ने लेकिन स्लिपरी रोड हैगी दे कैन डू एनीथिंग अबाउट इट ते जे तुसी अपनी गड्डी दे विच स्पेस देके चलोगे यू नो ओड़े मोड़े जिवे साडे सामने तुहाडी गड्डी हैगी पिछे गड्डी हैगी राइट लेफ्ट ते जे तुसी अपनी पर्सनल जिहड़ी गड्डी दी स्पेस हैगी तुसी ज्यादा स्पेस दे के चलोगे ते जे होर किसी दी गड्डी स्कीड होंदी भी हैगी तुहाडी लेन दी आंदी भी हैगी ते बिकॉज यू हैव इनफ डिस्टेंस ते तुसी एक्सीडेंट नू अवॉइड कर सकते हैगे हो नंबर 9 हैगा कि तुसी अपनी गड्डी नू मेक श्योर कि सफिशिएंट गैस तुहाडी गड्डी दे विच हैगी क्योंकि जे तुसी किधर फस जाती हैगी तुहाडी गड्डी और तुसी यू नो तुसी 911 नू कॉल करदे हैगे हो सीए नू कॉल करदे हैगे हो ते जब तक हेल्प आंदी हैगी कई बार फ्रीजिंग वेदर दे विच यू कैन गेट अ फ्रॉस्टबाइट ते तुसी जे तुहाडी गड्डी दे विच इनफ फ्यूल हैगा ते तुसी यू नो थोड़े टाइम वास्ते अपनी कार नू रन कर सकदे हैगे हो ताकि यू कैन स्टे वार्म सेम वे ਤੁਹਾਡੇ ਜਿਹੜੇ ਵਾਈਪਰ ਜਿਹੜਾ ਫਲੂਡ ਹੈਗਾ ਮੇਕ ਸ਼ੋਰ ਕਿ ਉਹ ਜਿਹੜਾ ਐਟ ਆਲ ਟਾਈਮਸ ਜਿਹੜਾ ਹੈਗਾ ਸਫੀਸ਼ੀਐਂਟ ਲੈਵਲ ਹੈਗਾ ਤਾਂ ਕਿ ਜਿਹੜਾ ਇੱਕਦਮ ਯੂ ਨੋ ਗੱਡੀ ਦੇ ਵਿੱਚ ਜਿਵੇਂ ਆਈਸ ਜਿਵੇਂ ਬਾਰਿਸ਼ ਹੁੰਦੀ ਹੈਗੀ ਵਿੰਚਲ ਦੇ ਵਿੱਚ ਜਿਹੜਾ ਬਾਰਿਸ਼ ਹੁੰਦੀ ਹੈਗੀ ਇਟ ਟਰਨਸ ਇਨ ਟੂ ਆਈਸ ਰਾਈਟ ਅਵੇ ਤੇ ਤੁਹਾਡੇ ਵਿੰਚਲ ਵਾਈਪਰ ਜਿਹੜਾ ਫਲੂਡ ਹੈਗਾ ਉਹ ਪ੍ਰੋਪਰਲੀ ਤੁਹਾਡਾ ਕੰਮ ਕਰਨਾ ਚਾਹੀਦਾ ਹੈਗਾ ਔਰ ਜਿਹੜਾ ਫਲੂਡ ਹੈਗਾ ਇਟ ਐਕਟਸ ਐਜ਼ ਅ ਡੀ ਆਈਸਰ ਔਨ ਯੋਰ ਵਿੰਚਲ ਮੇਕ ਸ਼ੋਰ ਤੁਹਾਡੇ ਗੈਸ ਤੇ ਵਾਈਪਰ ਫਲੂਡ ਜਿਹੜਾ ਹੈਗਾ ਸਫੀਸ਼ੀਐਂਟ ਕੁਆਂਟਿਟੀ ਦਾ ਹੈਗਾ ਬਿਫੋਰ ਯੂ ਲੀਵ ਯੋਰ ਹਾਊਸ ਤੇ ਲਾਸਟ ਨੰਬਰ 10 ਹੈਗਾ ਬਈ ਜੇ ਤੁਸੀਂ ਕਿਤੇ ਸਟਕ ਹੋ ਵੀ ਜਾਂਦੇ ਹੈਗੇ ਹੋ ਮੇਕ ਸ਼ੋਰ ਆਲ ਆਫ ਯੋਰ ਲਾਈਟਸ ਆਰ ਔਨ ਐਂਡ ਟਰਨ ਯੋਰ ਹੈਜ਼ਰਡ ਲਾਈਟਸ ਔਨ ਯੂ ਨੋ ਜੇ ਤਾਂ ਕਿ ਜਿਹੜੇ ਆਸ ਪਾਸ ਜਿਹੜੀ ਗੱਡੀਆਂ ਹੈਗੀਆਂ ਨੇ ਉਹਨਾਂ ਨੂੰ ਉਹ ਸਿਗਨਲ ਮਿਲ ਜਾਏ ਕਿ ਯੂ ਨੋ ਯੋਰ ਗਾਡੀ ਯੋਰ ਕਾਰ ਇਜ਼ ਸਟਕ ਤਾਂ ਕਿ ਉਹ ਸਫੀਸ਼ੀਐਂਟ ਡਿਸਟੈਂਸ ਦੇ ਵਿੱਚ ਤੁਹਾਡੀ ਯੂ ਨੋ ਗਾਡੀ ਤੋਂ ਡਾਈਵਰਟ ਹੋ ਜਾਣ ਤੇ ਤੁਸੀਂ ਯੂ ਨੋ ਐਕਸੀਡੈਂਟ ਤੋਂ ਯੂ ਨੋ ਬਚ ਸਕਦੇ ਹੈਗੇ ਹੋ ਤੇ ਬੀ ਕੇਅਰਫੁਲ ਬੀ ਵਿਜੀਲੈਂਟ ਡਰਾਈਵ ਸੇਫ ਐਂਡ ਸਟੇ ਸੇਫ ਜੇ ਖੁਦਾ ਨਾ ਖਾਸਤਾ ਜੇ ਕਿਸੇ ਦਾ ਕੋਈ ਐਕਸੀਡੈਂਟ ਹੁੰਦਾ ਹੈਗਾ ਇੰਜਰੀਜ਼ ਹੁੰਦੀ ਹੈਗੀ ਨਹੀਂ ਯੂ ਕੈਨ ਆਲਵੇਜ਼ ਗਿਵ ਅਸ ਅ ਕਾਲ ਟੂ ਫਾਈਂਡ ਆਊਟ ਯੋਰ ਰਾਈਟਸ ਤੇ ਤੁਸੀਂ ਫਿਰ ਉਸ ਹਾਲਾਤ ਦੇ ਵਿੱਚ ਕੀ ਕਰ ਸਕਦੇ ਹੈਗੇ ਹੋ ਸਾਡਾ ਨੰਬਰ ਹੈਗਾ 416-734-0439-416-734-0439 ਬਿਲਕੁਲ ਠੀਕ ਹੈ ਜੀ ਔਰ ਪਹਿਲਾਂ ਤੁਹਾਨੂੰ ਜੀ ਦਾ ਸ਼ੁਕਰੀਆ ਔਰ ਮੈਨੂੰ ਨਹੀਂ ਪਤਾ ਕਿ ਕਿੰਨੇ ਕੁ ਲੋਕਾਂ ਨੂੰ ਇਹਨਾਂ ਦੀ ਲੋੜ ਕਦੀ ਪਈ ਹੈ ਕਿ ਨਹੀਂ ਪਈ ਪਰ ਇਹਨਾਂ ਨੇ ਪੂਰੇ ਇੱਕ ਸਾਲ ਦੇ ਵਿੱਚ ਇੰਨੀ ਕੁ ਵਧੀਆ ਇਨਫੋਰਮੇਸ਼ਨ ਤੁਹਾਨੂੰ ਸਾਰਿਆਂ ਨੂੰ ਦਿੱਤੀ ਸਾਲ 2022 ਦੇ ਵਿੱਚ ਐਵਰੀ ਵੀਕ ਆਲਮੋਸਟ ਐਵਰੀ ਵੀਕ ਉਹਨੂੰ ਜੀ ਆਉਂਦੇ ਹੈ ਔਰ ਉਹਨਾਂ ਨੇ ਇੱਕ ਇੱਕ ਤੁਹਾਨੂੰ ਜਾਣਕਾਰੀ ਮੈਨੂੰ ਨਹੀਂ ਲੱਗਦਾ ਕੋਈ ਸਬਜੈਕਟ ਐਸਾ ਜਿਹੜਾ ਰਹਿ ਗਿਆ ਹੋਵੇ ਸ਼ੀ ਟ੍ਰਾਈਜ਼ ਟੂ ਐਕਸਪਲੇਨ ਇਨ ਸੱਚ ਏ ਸਿੰਪਲ ਵੇ ਕਿ ਤੁਹਾਨੂੰ ਹਰ ਗੱਲ ਸਮਝ ਆ ਜਾਏ ਔਰ ਅਸੀਂ ਇਹਨਾਂ ਦੀ ਜਿਹੜੀ ਜੋ ਵੀ ਗੱਲਬਾਤ ਹੁੰਦੀ ਹੈ ਅਸੀਂ ਉਸਨੂੰ ਯੂਟਿਊਬ ਦੇ ਉੱਤੇ ਬਹੁਤ ਸਾਰੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਵੀ ਕਰਦੇ ਹਾਂ ਕਦੀ ਤੁਹਾਨੂੰ ਲੋੜ ਪੈ ਗਈ ਇਸ ਵਿੰਟਰ ਦਾ ਸੀਜ਼ਨ ਹੈ ਔਰ ਗਲਤੀਆਂ ਇਨਸਾਨ ਤੋਂ ਹੁੰਦੀਆਂ ਸੁਭਾਵਿਕ ਗਲਤੀਆਂ ਹੋ ਜਾਂਦੀਆਂ ਡਰਾਈਵ ਕਰਦਿਆਂ ਜੇ ਕੋਈ ਐਸੀ ਗਲਤੀ ਹੋ ਜਾਏ ਪਰੇਸ਼ਾਨ ਨਹੀਂ ਹੋਣਾ ਇਸ ਮੁਲਕ ਦੇ ਵਿੱਚ ਤੁਹਾਨੂੰ ਹਰ ਚੀਜ਼ ਦੀ ਫੈਸਿਲਿਟੀ ਹੈ ਤੁਹਾਨੂੰ ਕੰਪਨਸੇਸ਼ਨ ਮਿਲਦੀ ਹੈ ਹੌਸਪੀਟਲ ਦੇ ਵਿੱਚ ਤੁਹਾਡੇ ਲਈ ਹਰ ਤਰ੍ਹਾਂ ਦਾ ਇਲਾਜ ਹੈ ਸਭ ਕੁਝ ਹੈ ਲੇਕਿਨ ਰਾਈਟ ਐਡਵਾਈਸ ਸਭ ਤੋਂ ਜ਼ਰੂਰੀ ਹੈ ਅਤੇ ਨੰਬਰ ਹੈ 416-734-0439 ਇਹ ਨੰਬਰ ਸੇਵ ਕਰਕੇ ਰੱਖੋ ਕਦੀ ਤੁਹਾਨੂੰ ਕਦੀ ਵੀ ਕਦੀ ਜ਼ਰੂਰਤ ਪੈ ਗਈ ਮੈਨੂੰ ਵਾਰ ਵਾਰ ਪੁੱਛਣ ਦੀ ਲੋੜ ਨਹੀਂ ਤੁਸੀਂ ਡਾਇਰੈਕਟ ਇਹਨਾਂ ਨੂੰ ਫੋਨ ਕਰੋ ਮੈਸੇਜ ਛੱਡੋ ਸ਼ੀ ਵਿਲ ਟਰਨ ਯੂਰ ਕਾਲ 416-734-0439 ਹਾਨੂੰ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਔਰ ਇਹਨਾਂ ਛੁੱਟੀਆਂ ਦੀ ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ ਥੈਂਕ ਯੂ ਸੋ ਮਚ ਬਹੁਤ ਮੁਬਾਰਕਾਂ ਸਟੇ ਸੇਫ ਐਵਰੀਬਾਡੀ ਥੈਂਕ ਯੂ ਸੋ ਮਚ